ਬੱਚਿਆਂ ਨਾਲ ਮਸਤੀ ਚੱਲ ਰਹੀ ਹੈ ਅਤੇ ਅਸੀਂ ਜੀ ਐੱਸ ਨਵਜੋਤ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪ੍ਰੈਜੈਂਟ ਹੈ ਇਸ ਟਾਈਮ ਅਤੇ ਬੱਚਿਆਂ ਨਾਲ ਗੱਲਾਂ ਬਾਤਾਂ ਗਿੱਧਾ ਭੰਗੜਾ ਅਤੇ ਉਹਦੇ ਨਾਲ ਨਾਲ ਬੱਚਿਆਂ ਦੇ ਵਿੱਚ ਬਹੁਤ ਇੱਦਾਂ ਦਾ ਟੈਲੈਂਟ ਹੁੰਦਾ ਹੈ ਕੁਛ ਬੱਚਿਆਂ ਦੇ ਵਿੱਚ ਜਿਹੜਾ ਕਦੇ ਵੀ ਉੱਭਰ ਕੇ ਸਾਹਮਣੇ ਨਹੀਂ ਆਉਂਦਾ ਅਤੇ ਕੁਝ ਬੱਚਿਆਂ ਨੂੰ ਗੋਡ ਗਿਫਟ ਵੀ ਹੁੰਦੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਸਿਰਫ ਇੱਕ ਕੁਦਰਤ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਜਿਹੜੀਆਂ ਕਿ ਉਹਨਾਂ ਦੇ ਆਉਣ ਵਾਲੇ ਵਕਤ ਦੇ ਵਿੱਚ ਇੱਕ ਐਜ਼ ਏ ਪ੍ਰੋਫੈਸ਼ਨ ਵੀ ਉਹਨਾਂ ਦੀ ਹੈਲਪ ਕਰਦੀਆਂ ਨੇ ਕੁਝ ਬੱਚਿਆਂ ਨੂੰ ਇੱਕ ਗੋਡ ਗਿਫਟ ਮਿਲੀਆਂ ਨੇ ਸੋ ਇੱਦਾਂ ਦਾ ਇੱਕ ਬੱਚਾ ਹੈ ਮੇਰੇ ਨਾਲ ਗੱਲਬਾਤ ਕਰਦੇ ਆ ਬੱਚੇ ਦੇ ਨਾਲ ਸਤਿ ਸ਼੍ਰੀ ਅਕਾਲ ਬੇਟਾ ਜੀ ਹੈਲੋ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਰਸ਼ਪ੍ਰੀਤ ਸਿੰਘ ਜੀ ਤੁਸੀਂ ਆਰਟ ਡਰਾਇੰਗ ਦਾ ਆਰਟ ਕਰ ਰਹੇ ਹੋ ਬਹੁਤ ਸੋਹਣੀ ਡਰਾਇੰਗ ਬਣਾਈ ਹੋਈ ਹੈ ਬੱਚੇ ਨੇ ਦੇਖੋ ਦੀਵਾਲੀ ਹੈਪੀ ਦੀਵਾਲੀ ਸਾਰਿਆਂ ਨੂੰ ਸੋ ਬਹੁਤ ਪਿਆਰੀ ਜੀ ਬਣਾਈ ਹੋਈ ਹੈ ਤੁਸੀਂ ਖੁਦ ਬਣਾਏ ਨੇ ਗ੍ਰੀਟਿੰਗਸ ਯੈਸ ਹੋਰ ਕੀ ਬਣਾ ਲੈਂਦੇ ਤੁਸੀਂ ਆਪਣੇ ਹੱਥ ਨਾਲ ਏਅਰਿੰਗਸ ਬਣਾ ਲੈਂਦੇ ਹਾਂ ਕਾਰਡਸ ਵਗੈਰਾ ਇੱਦਾਂ ਦੀ ਆਰਟ ਐਂਡ ਕਰਾਫਟ ਚੀਜ਼ਾਂ ਸਭ ਬਹੁਤ ਵਧੀਆ ਲੱਗਦੀਆਂ ਨੇ ਕਿਤੇ ਉਹ ਸਿੱਖੀਆਂ ਬਣਾਉਣੀਆਂ ਜਾਂ ਨੈਚੁਰਲੀ ਗੋਡ ਗਿਫਟ ਨੇ ਨਹੀਂ ਨੈਚੁਰਲੀ ਅੱਛਾ ਇਹ ਤੁਹਾਨੂੰ ਗੋਡ ਗਿਫਟ ਨੇ ਹਾਂਜੀ ਹੁਣ ਤੱਕ ਕਿੰਨੇ ਏਅਰਿੰਗਸ ਵਗੈਰਾ ਤਿਆਰ ਕੀਤੇ ਆ ਜੀ ਨਹੀਂ ਇਹ ਮੀਨਸ ਕਿ ਥੋੜ੍ਹਾ ਵਕਤ ਹੀ ਹੋਇਆ ਇਹ ਚੀਜ਼ ਨੂੰ ਬਟ ਵੈਸੇ ਅਸੀਂ ਦੂਜੀ ਡਰਾਇੰਗ ਹੀ ਕਰਦੇ ਰਹੇ ਸੀ ਅੱਛਾ ਦੂਜੀ ਡਰਾਇੰਗ ਕਰਦੇ ਰਹੇ ਸੀ ਅਤੇ ਇਹ ਦਿਮਾਗ 'ਚ ਕਿੱਦਾਂ ਆਇਆ ਕਿ ਮੈਂ ਏਅਰਿੰਗਸ ਬਣਾ ਸਕਦਾ ਮੈਂ ਬਣਾ ਜੀ ਯੂਟਿਊਬ ਵਗੈਰਾ ਇੱਦਾਂ ਦੀਆਂ ਚੀਜ਼ਾਂ 'ਤੇ ਅਸੀਂ ਇਹ ਵੀਡੀਓ ਦੇਖਦੇ ਰਹਿੰਦੇ ਸੀ ਓਕੇ ਠੀਕ ਹੈ ਜੀ ਅੱਛਾ ਤੁਸੀਂ ਏਅਰਿੰਗ ਦੇਖੋ ਕਿੰਨਾ ਸੋਹਣਾ ਏਅਰਿੰਗ ਆ ਸੋ ਇੱਦਾਂ ਦੀਆਂ ਚੀਜ਼ਾਂ ਹੋਰ ਵੀ ਬਹੁਤ ਨੇ ਬੱਚੇ ਵੱਲੋਂ ਤਿਆਰ ਕੀਤੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਸੋ ਇਹ ਚੀਜ਼ਾਂ ਬੱਚੇ ਨੂੰ ਗੋਡ ਗਿਫਟ ਹੈ ਏਅਰਿੰਗ ਬਣਾਉਣ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿੱਦਾਂ ਇਹ ਸਿੰਪਲ ਏਅਰਿੰਗ ਸੀਗਾ ਮੈਂ ਦਿਖਾਇਆ ਹੁਣੇ ਇਹਦੇ ਲਈ ਕੀ ਚਾਹੀਦਾ ਹੁੰਦਾ ਜੀ ਬੀਡਸ ਚਾਹੀਦੇ ਨੇ ਕੋਲੀਆਂ ਚਾਹੀਦੀਆਂ ਨੇ ਅਤੇ ਜੀ ਹੋਰ ਉੱਨ ਜੀ ਥੱਲੇ ਆ ਲੱਡੂ ਜੀ ਹੋਣਗੇ ਠੀਕ ਹੈ ਅਤੇ ਹੋਰ ਵਾਇਰ ਗੋਲਡਨ ਵਾਇਰ ਵਾਇਰ ਕਟਰ ਜਿੱਦਾਂ ਦੇ ਸਮਾਨ ਵਗੈਰਾ ਠੀਕ ਹੈ ਬਾਤਾ ਜੀ ਬੱਚੇ ਨੇ ਕਿੰਨੀ ਸੋਹਣੀ ਗੱਲ ਦੱਸੀ ਕਿ ਸਾਨੂੰ ਕੀ ਮਟੀਰੀਅਲ ਚਾਹੀਦਾ ਸੋ ਮੈਨੂੰ ਲੱਗਦਾ ਕਿ ਅਸੀਂ ਗਰਲਸ ਫੀਮੇਲਸ ਇਹ ਤੋਂ ਕਾਫੀ ਕੁਝ ਸਿੱਖ ਸਕਦੀਆਂ ਅਗਰ ਅਸੀਂ ਟਰਾਈ ਕਰੀਏ ਤੇ ਜ਼ਰੂਰ ਅਸੀਂ ਵੀ ਕੁਛ ਨਾ ਕੁਛ ਕਰ ਸਕਦੇ ਹਾਂ ਸੋ ਇੱਕ ਬੱਚੇ 'ਚ ਗੋਡ ਗਿਫਟ ਆਰਟ ਹੈ ਸੋ ਬਹੁਤ ਹੀ ਡਿਫਰੈਂਟ ਆਰਟ ਹੈ ਥੈਂਕ ਯੂ ਸੋ ਮੱਚ ਬੱਚੇ ਹੱਸਣ ਖੇਡਣ ਮਨ ਕਾ ਚਾਉ ਲਿਖਿਆ ਵਿੱਚ ਕੁਰਬਾਨੀ ਹੱਸਣਾ ਖੇਡਣਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਅਤੇ ਹੱਸਣ ਹਸਾਉਣ ਦੀ ਰਸਮ 'ਚ ਕਿਤੇ ਪੰਡਾ ਰਾਹੀਂ ਅਦਾ ਕੀਤੀ ਜਾਏ ਉਹਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਜਦੋਂ ਅਸੀਂ ਪੰਡਾ ਨੂੰ ਪੰਡਗਿਰੀ ਕਰਦੇ ਵੇਖਦੇ ਹਾਂ ਜਦੋਂ ਕਿਸੇ ਘਰ ਵਧਾਈਆਂ ਲੈਣ ਆਉਂਦੇ ਨੇ ਤਾਂ ਉਹ ਇੱਕ ਮਾਹੌਲ ਹੀ ਵੱਖਰਾ ਹੋ ਜਾਂਦਾ ਹੈ ਉਦੋਂ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਟੈਨਸ਼ਨਾਂ ਦੁੱਖ ਦਰਦ ਖੁਸ਼ੀਆਂ ਹਰ ਚੀਜ਼ ਨੂੰ ਭੁੱਲ ਜਾਂਦੇ ਹਾਂ ਅਤੇ ਉਹਨਾਂ ਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹਾਂ ਸੋ ਇੱਦਾਂ ਦੀ ਬਹੁਤ ਹੀ ਪਿਆਰੀ ਜਿਹੀ ਪਰਫੋਰਮੈਂਸ ਹੈ ਬੱਚਿਆਂ ਵੱਲੋਂ ਤਿਆਰ ਕੀਤੀ ਗਈ ਸੋ ਗੱਲਬਾਤ ਕਰਦੇ ਹਾਂ ਬੱਚਿਆਂ ਦੇ ਨਾਲ ਸਤਿ ਸ਼੍ਰੀ ਅਕਾਲ ਬੇਟਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਹਰਦੇਵ ਸਿੰਘ ਓਕੇ ਕਿਹੜੀ ਕਲਾਸ ਪੜ੍ਹਦੇ ਹੋ 8th ਠੀਕ ਹੈ ਜੀ ਤੁਹਾਡਾ ਨਾਮ ਕੀ ਹੈ ਰਣਜੀਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ 8th ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਕਿਹੜੀ ਪਰਫਾਰਮੈਂਸ ਦੇਣ ਜਾ ਰਹੇ ਹੋ ਪੰਡਾ ਪੰਡਾ ਦੀ ਪਰਫਾਰਮੈਂਸ ਦੇਣ ਜਾ ਰਹੇ ਸੋ ਦੇਖਦੇ ਹਾਂ ਜੀ ਬੱਚਿਆਂ ਦੀ ਪਿਆਰੀ ਜੀ ਪੰਡਾ ਦੀ ਪਰਫਾਰਮੈਂਸ ਤੇ ਕਰਦੇ ਹਾਂ ਇੰਜੋਏ ਬੱਲਾ 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 ਬੜੀਆਂ ਰੌਣਕਾਂ ਲੱਗੀਆਂ ਨੇ ਪੰਡਾ ਇੱਥੇ ਕੀ ਚੱਲ ਰਿਹਾ ਪੰਡਾ ਇੱਥੇ ਫੰਕਸ਼ਨ ਚੱਲ ਰਿਹਾ ਹੈ ਪੰਡਾ ਗੱਡੀਆਂ ਚਲਦੀਆਂ ਸੁਣੀਆਂ ਸੀ ਹੁਣ ਫੰਕਸ਼ਨ ਵੀ ਚੱਲਣ ਲੱਗ ਪਿਆ ਥੋੜੇ ਤੇਰੇ ਉਹ ਬਸ ਵੀ ਕਰਿਆ ਕਰ ਪੰਡਾ ਮੈਂ ਪੁੱਛਦਾ ਵੀ ਇੱਥੇ ਲੋਕ ਬੜੇ ਇਕੱਠੇ ਹੋਏ ਨੇ ਪੰਡਾ ਇਹ ਪਰ ਮੈਨੂੰ ਵੀ ਨਹੀਂ ਪਰ ਪਤਾ ਪਰ ਇਕੱਠ ਬੜਾ ਭਾਰਾ ਹੈ ਕੋਈ ਫੈਸਲਾ ਤਾਂ ਨਹੀਂ ਕਰਨਾ ਹੈ ਆਹੋ 3 ਦਿਨ ਪਹਿਲਾਂ ਤੇਰੀ ਭੂਆ ਨਹੀਂ ਭੱਜ ਗਈ ਸੀ ਉਹ ਸਿਰਫ ਫੈਸਲਾ ਕਰਨਾ ਹੈ ਥੋੜੇ ਮੁੱਤੇਰੇ ਬਸ ਵੀ ਕਰਿਆ ਕਰ ਪੰਡਾ ਅੱਜ ਕੱਲ੍ਹ ਗੀਤਾਂ ਨੇ ਬੜੀ ਹੱਥ ਚੁੱਕੀ ਆ ਕਿਹੜਾ ਗੀਤ ਪਿੱਛੇ ਜਿਹੇ ਮੈਂ ਗੀਤ ਸੁਣਿਆ ਕਿਹੜਾ ਲੱਖ 28 ਕੁੜੀ ਦਾ 47 ਵੇਟ ਕੁੜੀ ਦਾ ਲੱਖ 28 ਕੁੜੀ ਦਾ 47 ਵੇਟ ਕੁੜੀ ਦਾ ਲੱਖ 28 ਕੁੜੀ ਦਾ 47 ਵੇਟ ਕੁੜੀ ਦਾ ਅੱਗੇ ਪੰਡਾ ਪੰਡਾ ਇਹਨਾਂ ਨੂੰ ਇੰਨਾ ਹੀ ਪਤਾ ਹੁੰਦਾ ਤੇ ਇਹਨਾਂ ਨੂੰ ਸੂਟ ਸਵਾ ਕੇ ਦੇਣਾ ਫਿੱਟੇ ਮੁੱਤੇਰੇ ਬਸ ਵੀ ਕਰਿਆ ਕਰ ਪੰਡਾ ਮੈਂ ਵੀ ਗਾਣਾ ਸੁਣਿਆ ਕਿਹੜਾ ਜੱਟ ਸੀਵੀਆਂ ਚ ਲੰਘਿਆ ਚੜੇਲ ਟੱਕਰੀ ਜੱਟ ਸੀਵੀਆਂ ਚ ਲੰਘਿਆ ਚੜੇਲ ਟੱਕਰੀ ਜੱਟ ਸੀਵੀਆਂ ਚ ਲੰਘਿਆ ਚੜੇਲ ਟੱਕਰੀ ਅੱਗੇ ਵੀ ਸੁਣਾ ਪੰਡਾ ਪੰਡਾ ਕੋਈ ਪੁੱਛਣ ਵਾਲਾ ਹੋਏ ਸੀਵੀਆਂ ਚ ਲੰਘਿਆ ਚੜੇਲ ਟੱਕਰੀ ਔਰ ਕਟਰੀਨਾ ਕੈਫ ਹੋਈ ਟੱਕਰਨੀ ਹੈ ਛੜੇ ਮੁੱਤੇਰੇ ਬਸ ਵੀ ਕਰਿਆ ਕਰ ਪੰਡਾ ਇੱਕ ਮੈਂ ਵੀ ਗਾਣਾ ਸੁਣਿਆ ਸੁਣਾ ਲੰਘਿਆ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ ਲੰਘਿਆ ਨਾ ਕਰ ਬਿੱਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ ਅੱਗੇ ਵੀ ਸੁਣਾ ਪੰਡਾ ਇਹਨਾਂ ਜਿੰਨੀ ਪੱਟਾ ਪਟਾਉਣ ਦੀ ਹਿੰਮਤ ਹੁੰਦੀ ਤਾਂ ਇਹ ਛੜੇ ਕਿਉਂ ਰਹਿੰਦੇ ਫਿੱਟੇ ਮੁੱਤੇਰੇ ਬਸ ਵੀ ਕਰਿਆ ਕਰ ਪੰਡਾ ਮੈਂ ਵੀ ਇੱਕ ਗਾਣਾ ਸੁਣਿਆ ਕਿਹੜਾ ਤੇਰੀ ਸੁਪਨੀ ਵਰਗੀ ਤੋਰ ਕੁੜੇ ਟਿੰਗਲਿੰਗ ਲਿੰਗ 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 ਤੇਰੇ ਵਰਗਾ ਨਾ ਕੋਈ ਹੋਰ ਕੁੜੇ ਟਿੰਗਲਿੰਗ ਲਿੰਗ 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 ਮੇਰੇ ਜੀਜੇ ਦੀ ਸਾਲੀਏ ਟਿੰਗਲਿੰਗ ਲਿੰਗ ਲਿੰਗ ਭਲਾ ਜੀਜੇ ਦੀ ਸਾਲੀ ਸਾਡੀ ਭੈਣ ਨਾ ਹੋਈ ਆਹੋ ਪੰਡਾ ਪੰਡਾ ਮੇਰੇ ਪਿੱਛੇ ਜੇ ਵਿਆਹ ਹੋ ਗਿਆ ਉਹ ਪੰਡਾ ਫਿਰ ਤਾਂ ਤੈਨੂੰ ਵਧਾਈਆਂ ਹੁਣ ਵਿਆਹ ਕਾਲੀ ਕਲੁੱਟੀ ਨਾ ਕਰਾਤਾ ਉਹ ਪੰਡਾ ਫਿਰ ਤਾਂ ਤੇਰੇ ਨਾਲ ਮਾੜਾ ਹੀ ਹੋਇਆ ਮੈਨੂੰ ਕੁੜੀ ਵਾਲੇ ਕਹਿੰਦੇ ਮੂੰਹ ਦਿਖਾਈ ਦੀ ਰਸਮ ਤੇ ਕਰਦੇ ਫੇਰ ਮੈਂ ਘੁੰਡ ਚੱਕਿਆ ਤੇ ਮੇਰੀ ਨਿਕਲ ਗਈ ਹਾਏ ਫੇਰ ਪੰਡਾ ਮੈਂ ਕਿਹਾ ਮੇਰੀ ਭੈਣ ਬਣ ਗਈ ਮੈਨੂੰ ਮੂੰਹ ਨਾ ਦਿਖਾਈ ਹੋਰ ਜਿੰਨੀ ਮਰਜ਼ੀ ਦਿਖਾ ਦੀ ਕਿਹੜੇ ਮੁੱਤੇਰੇ ਬਸ ਵੀ ਕਰਿਆ ਕਰ ਪੰਡਾ ਇੱਕ ਮੈਨੂੰ ਸ਼ੇਰ ਯਾਦ ਆਉਂਦਾ ਸੁਣਾ ਪੰਡਾ ਬੈਠਾ ਕੁੱਕੜ ਬਨੇਰੇ ਤੇ ਬੈਠਾ ਕੁੱਕੜ ਬਨੇਰੇ ਤੇ ਬੈਠਾ ਕੁੱਕੜ ਬਨੇਰੇ ਤੇ ਅੱਗੇ ਪੰਡਾ
ਪਾਸੇ ਹੋ ਗਏ ਨੰਗ ਬੀਬੀ ਕਦੇ ਤੇਰੇ ਤੇ ਬੈਠੀ ਨਾ ਮਾਰ ਦੇ ਤੇਰੇ ਬਸ ਵੀ ਕਰਿਆ ਕਰ ਮੁੰਡਾ ਮੈਂ ਪਿੱਛੇ ਜੇ ਅੰਗਰੇਜ਼ੀ ਸਿੱਖ ਲਈ ਫਿਰ ਮੈਂ ਚੱਲ ਗਿਆ 5 ਸਟਾਰ ਹੋਟਲ ਫਿਰ ਮੈਂ ਮਾਰੀ ਵੇਟਰ ਨੂੰ ਆਵਾਜ਼ ਵੇਟਰ ਕੀ ਕਹਿੰਦਾ ਮੈਂ ਕਿਹਾ ਵਟ ਵਟ ਇਜ਼ ਫਿਰ ਵੇਟਰ ਕਹਿੰਦਾ ਕੀ ਮਤਲਬ ਫਿਰ ਕੀ ਗਿਆ ਮੈਂ ਕਿਹਾ ਕੀ ਆ ਖਾਣ ਨੂੰ ਫਿਰ ਮੈਂ ਕਿਹਾ ਗੈਟ 1 ਬੋਟਲ ਓਪਨ ਮਾਈਂਡ ਕੀ ਮਤਲਬ ਵੇਟਰ ਕਹਿੰਦਾ ਮੈਂ ਕਿਹਾ ਖੁੱਲੇ ਢੱਕਣ ਵਾਲੀ ਬੋਟਲ ਖੜੇ ਮੂੰਹ ਤੇਰੇ ਬਸ ਵੀ ਕਰਿਆ ਕਰ ਪਿੱਛੇ ਚ ਮੇਰੇ ਬਾਪੂ ਦੀ ਲੱਤ ਨੀਲੀ ਹੋ ਗਈ ਅੱਛਾ ਫਿਰ ਮੈਂ ਡਾਕਟਰ ਕੋਲ ਲੈ ਗਿਆ ਫਿਰ ਡਾਕਟਰ ਕਹਿੰਦਾ ਲੱਤ ਵੱਢਣੀ ਪੈਣੀ ਆ ਅੱਛਾ ਫਿਰ ਮੈਂ ਲੱਤ ਵਢਾ ਕੇ ਘਰ ਲਿਆਇਆ ਓਹੋ ਫਿਰ 2 ਮਹੀਨੇ ਬਾਅਦ ਦੂਜੀ ਵੀ ਲੱਤ ਨੀਲੀ ਹੋ ਗਈ ਅੱਛਾ ਫਿਰ ਡਾਕਟਰ ਕਹਿੰਦਾ ਦੂਜੀ ਵੀ ਵੱਢਣੀ ਪੈਣੀ ਆ ਅੱਛਾ ਫਿਰ ਮੈਂ ਦੂਜੀ ਵੀ ਵਢਾ ਕੇ ਘਰ ਲਿਆਇਆ ਫਿਰ ਦੋਨੇ ਲੱਤਾਂ ਮੈਂ ਬਾਪੂ ਨੂੰ ਲੱਕੜ ਦੀਆਂ ਲਵਾਤੀਆਂ ਫਿਰ 2 ਮਹੀਨੇ ਬਾਅਦ ਉਹ ਵੀ ਨੀਲੀਆਂ ਹੋ ਗਈਆਂ ਅੱਛਾ ਫਿਰ ਡਾਕਟਰ ਕਹਿੰਦਾ ਇਹਦੀ ਬਿਮਾਰੀ ਸਮਝ ਆ ਗਈ ਕੀ ਸੀ ਬਿਮਾਰੀ ਡਾਕਟਰ ਕਹਿੰਦਾ ਇਹ ਤਾਂ ਤੇਰੇ ਬਾਪੂ ਦੇ ਕੱਚੇ ਦਾ ਰੰਗ ਹੀ ਨੀਲਾ ਚਾਹੁੰਦਾ ਸੀ ਪਿੱਛੇ ਮੈਂ ਤੇਰੇ ਬਸ ਵੀ ਕਰਿਆ ਕਰ ਪੰਡਾ ਜਾਂਦਾ ਜਾਂਦਾ ਇਹਨਾਂ ਨੂੰ ਕੋਈ ਵਧਾਈ ਵਾਲਾ ਗੀਤ ਸੁਣਾ ਦੇ ਚੱਲ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੁੱਲ ਚੜੀਆਂ